ਠੀਕ ਠਾਕ ਸਰ ਇੱਥੇ ਨਾ ਆਪਣੇ ਸੰਗਰੂਰ ਦੇ ਹੀ ਕੁਛ 6 ਮੁੰਡੇ ਜਿਹੜੇ ਨੇ ਨਾ ਉਹ ਸੰਗਰੂਰ ਦੇ ਹੀ ਏਜੰਟ ਹੈ, ਇੱਕ ਨਾਲ ਉਹਨਾਂ 'ਚ ਪੁਲਿਸ ਮੁਲਾਜ਼ਮ ਵੀ ਹੈ ਲਾਬਾ ਸਿੰਘ ਸਮਟਾਈਪ। ਉਹਨਾਂ ਨੇ 2-2 ਲੱਖ ਰੁਪਈਆ ਲੈ ਕੇ ਮਲੇਸ਼ੀਆ ਭੇਜਤੇ। ਉਸ ਤੋਂ ਬਾਅਦ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਹੋ ਰਿਹਾ ਘਰਦਿਆਂ ਦਾ, ਅਤੇ ਉਹ ਸ਼ਾਇਦ ਉੱਥੇ ਜੇਲ੍ਹ 'ਚ ਨੇ ਕਿਉਂਕਿ ਉਹਨਾਂ ਨੇ ਸ਼ਾਇਦ ਜਾਂ ਤਾਂ ਵੀਜ਼ਾ ਟੂਰਿਸਟ ਲਵਾਇਆ ਹੋਣਾ ਜਾਂ ਵਟਐਵਰ ਨਾ, ਏਜੰਟ ਹੈ ਇੱਕ ਪੁਲਿਸ ਦਾ ਮੁਲਾਜ਼ਮ ਹੈ ਕਿ ਆਪਾਂ ਨਕਲੀ ਟਰੈਵਲ ਏਜੰਟਾਂ 'ਤੇ ਜਿਹੜੀਆਂ ਨੱਥ ਪਾਉਣ ਦੀ ਗੱਲ ਕਰਦੇ ਹਾਂ ਤਾਂ ਫਿਰ ਜੇ ਆਪਣੇ ਜਮ੍ਹਾਂ ਆਪਣੇ ਬੰਦੇ ਹੀ ਵਿੱਚੋਂ ਇਨਵੋਲਵ ਹੋਣਗੇ ਤਾਂ ਫਿਰ ਦਿਸ ਇਜ਼ ਟੂ ਮੱਚ। ਤੁਸੀਂ ਕਿੱਥੇ ਹੋ? ਤੁਸੀਂ ਮੈਂ ਹੁਣ ਭੇਜ ਸਕਦਾ ਤੁਹਾਨੂੰ ਮਿਲਣ ਲਈ? ਤੁਹਾਡੇ ਬਿਲਕੁਲ ਆਫਿਸ ਦੇ ਸਾਹਮਣੇ ਰਹਿੰਦੇ ਨੇ ਬਰਨਾਲਾ ਫਾਟਕ ਕੋਲ, ਰਵਿਦਾਸ ਨਗਰ। ਮੇਰਾ ਨਾਂ ਲੈ ਕੇ ਆਉਂਦੇ ਨੇ ਹੁਣੀ 2 ਮਾਵਾਂ ਨੇ, ਅਤੇ ਤੁਸੀਂ ਪਲੀਜ਼ ਦੇਖੋ ਕੌਣ ਕੀ ਹੈ ਇਨਕੁਆਇਰੀ ਜਮਾ ਤੋਂ ਉੱਥੇ ਆਪਣਾ ਜੇਲ੍ਹ ਦੇ ਸਾਹਮਣੇ। ਅੱਛਾ ਉੱਥੇ ਜਾਈਏ, ਅੰਦਰ ਉੱਥੇ SSP ਦਾ ਦਫ਼ਤਰ ਹੈ, ਪੁੱਛ ਲਿਓ ਉੱਥੇ ਕਿਸੇ ਨੂੰ ਵੀ SSP ਦੇ SSP ਸਾਹਿਬ ਨੂੰ ਭੇਜੋ ਤੇ ਉਹਨੇ ਮਾਰ ਚੂਰੇ ਨੂੰ ਕਰਤੀ ਨਾ। ਤੁਸੀਂ ਹੁਣ ਜਾਓ, ਏਸ਼ੀਆ ਭੇਜਿਆ ਜੀ ਸੁਖੀਪ੍ਰੀਤ ਨੇ, ਇੱਕ ਲਾਬਾ ਪੁਲਿਸ ਵਾਲਾ। ਅੱਛਾ ਜੀ, ਹਾਂ 2-2 ਲੱਖ ਰੁਪਇਆ ਲੈ ਲਿਆ ਜੀ ਇਹਨਾਂ ਨੇ। ਚੇਨਈ ਬੈਠੇ ਰਹੇ ਤੋਂ ਫਿਰ ਉੱਥੇ ਚੜ੍ਹਾਏ ਨਾ ਫਿਰ ਦਿੱਲੀ ਰੋਲਦੀ ਰਹੀ ਸਾਨੂੰ, ਜੇ ਸਾਨੂੰ ਤਾਂ ਕੋਈ ਗੱਲ ਦਾ ਰਾਹ ਹੀ ਨਹੀਂ ਦਿੱਤਾ ਲਾਬੇ ਨਾਲ ਉਸਨੇ। ਤੁਹਾਨੂੰ ਕੋਈ ਫੋਨ ਤੇ ਗੱਲ ਹੋਈ ਨਾ? ਹਲੇ ਕੋਈ ਨਹੀਂ ਜੀ ਹੋ ਰਹੀ। ਕਿਸੇ ਨਾਲ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਦੱਸਦੀ ਸੀ ਸਾਨੂੰ? 1-2 ਵਾਰੀ ਆਈ ਆ PSC ਤੇ SSP ਦੇ ਇੱਥੇ। ਕੌਣ? ਉਹੀ ਸੁਖੀਪ੍ਰੀਤ ਜਿਹੜਾ ਉਰੇ ਆਪਣੇ ਬੱਸ ਅੱਡੇ। ਸੁਖੀਪ੍ਰੀਤ? ਹਾਂ। ਅੱਛਾ, ਕੀ ਕੰਮ ਕਰਦੀ ਹੈ? ਇਹੀ ਕੰਮ ਕਰਦੇ ਜੀ, ਵਾਧੇ ਘੱਟ ਇਹੀ ਕਰੀ ਜਾਂਦੇ, ਕੀ ਪਤਾ ਕੀ ਕਰਦੇ ਆ ਕੀ ਨਾ ਕਰਦੇ ਆ ਸਾਨੂੰ ਕੋਈ ਪਤਾ ਨਹੀਂ। ਹੁਣ ਤੁਹਾਡੇ ਮੁੰਡੇ ਦਾ ਕੋਈ ਫੋਨ ਕਦੇ ਨਾ? ਕੁਛ ਨਹੀਂ ਆ ਰਿਹਾ ਜੀ। ਹੁਣ ਕੀ ਭਗਵੰਤ ਮਾਨ ਨੂੰ ਕੀ ਕਹਿਣਾ ਸੀਗੇ? ਅਸੀਂ ਇਹੀ ਪੇਸ ਹੋਣ ਆਈਆਂ ਸੀਆਂ, ਦੋ ਕੁੜਮਣੀਆਂ ਕਹਿਦ ਵੀ ਇਹੀ ਪੇਸ ਹੋਣ ਆਏ ਸੀ, ਦੁੱਖ ਰੋਗ ਗਵਾਉਣ ਆਈਆਂ ਤੇ ਮਰਦੀਆਂ ਫਿਰਦੀਆਂ ਮਾਵਾਂ ਉਹਨਾਂ ਦੀਆਂ। ਨਾ ਸਾਨੂੰ ਕੋਈ ਪਤਾ ਨਹੀਂ ਜੀ। ਤੁਹਾਨੂੰ ਕੌਣ ਕਹਿੰਦਾ ਜੇਲ੍ਹ 'ਚ ਨੇ ਕਿੱਥੇ ਨੇ? ਹੁਣ ਇਹੀ ਕਹਿੰਦੀ ਸੀ ਸਾਨੂੰ, ਜਦ ਸਾਡੇ ਕੋਲ ਬੋਲਦੀ ਸੀ ਵੀ ਜੇਲ੍ਹ 'ਚ ਨਾ। ਅੱਛਾ, ਹਾਂ ਸਾਨੂੰ ਕੋਈ ਤੁਹਾਡਾ ਮੁੰਡਾ ਜਾਂ ਬਾਕੀ ਵੀ? ਬਾਕੀ ਕੋਈ ਵੀ ਨਹੀਂ, ਕਿਸੇ ਦਾ ਨਹੀਂ ਫੋਨ ਆਇਆ। ਪੁਲਿਸ ਕੋਲੇ ਕੰਪਲੇਂਟ ਕੀਤੀ ਤੁਸੀਂ? ਹਾਂ ਕਰੀ ਹੋਈ ਹੈ ਜੀ। ਕੀ ਕਹਿੰਦੇ ਉਹ? ਕਹਿੰਦੇ ਫੜਦੇ ਅੱਜ ਫੜਦੇ ਕੱਲ ਫੜਦੇ, ਬਸ ਇਵੇਂ ਕਹੀ ਜਾਂਦੇ ਨੇ ਜੀ, 2 ਮਹੀਨਿਆਂ ਦਾ ਗੇੜ ਹੋ ਗਿਆ। ਅੱਛਾ, ਤੁਸੀਂ ਹੁਣ ਕੀ ਮੰਗ ਕਰਦੇ ਹੋ ਵੀ ਕੀ ਕਾਰਵਾਈ ਕਿਹਦੀ ਕਿਹਦੀ ਤੇ ਹੋਣੀ ਚਾਹੀਦੀ ਹੈ ਜੀ? ਲਾਬੇ ਤੇ ਸੁੱਖੀ ਤੇ ਹੋਣੀ ਚਾਹੀਦੀ। ਲਾਬਾ ਕਿੱਥੇ ਮੁਲਾਜ਼ਮ ਲੱਗਿਆ ਹੈ? ਆਹਾ ਜੇਲ੍ਹ 'ਚ। ਜੇਲ੍ਹ 'ਚ? ਹਾਂ ਜੀ, ਨਾਭੇ ਕਹਿੰਦੇ ਨੇ, ਹੁਣ ਨਾਭੇ ਦੀ ਬਦਲੀ ਹੋ ਗਈ ਜੀ। ਤੁਹਾਨੂੰ ਕੀ ਲੱਗਦਾ ਵੀ ਪੁਲਿਸ ਵਾਲੀ ਇਹੋ ਜਿਹਾ ਧੋਖਾਧੜੀ ਕਰਦੇ ਨੇ? ਦੇਖੋ, ਸੰਗਰੂਰ ਦਾ ਇੱਕ ਕੇਸ ਆਇਆ, 2 ਮਾਵਾਂ ਮੇਰੇ ਕੋਲ ਆਈਆਂ ਕਿ ਉਹਨਾਂ ਦੇ ਬੇਟੇ ਮਲੇਸ਼ੀਆ ਦੇ ਵਿੱਚ ਭੇਜੇ ਨੇ ਕਿਸੇ ਏਜੰਟ ਨੇ, ਸੰਗਰੂਰ ਦੇ ਹੀ ਨੇ ਉਹ, ਅਤੇ ਨਾਲ ਕੋਈ ਪੁਲਿਸ ਮੁਲਾਜ਼ਮ ਦੀ ਵੀ ਇਨਵੋਲਵਮੈਂਟ ਉਹ ਦੱਸ ਰਹੇ ਸੀ। ਸੋ ਮੈਂ SSP ਸਾਹਿਬ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਮੈਂ SSP ਸਾਹਿਬ ਕੋਲ ਭੇਜਿਆ, ਅਤੇ SSP ਸਾਹਿਬ ਨੇ ਤੁਰੰਤ ਐਕਸ਼ਨ ਲੈਣ ਦੀ ਮੈਨੂੰ ਭਰੋਸਾ ਦਿੱਤਾ। ਅਤੇ ਇਹ ਜਾਲੀ ਏਜੰਟ ਜਿਹੜੇ ਨੇ ਇਹ ਮੁੰਡਿਆਂ ਨੂੰ ਸੁਪਨੇ ਦਿਖਾ ਕੇ ਅਤੇ ਪੈਸੇ ਲੈ ਕੇ, ਉਹ ਤੋਂ ਬਾਅਦ ਉੱਥੇ ਜਾ ਕੇ ਨਿਕਲਦਾ ਕੁਛ ਹੋਰ ਹੈ, ਕੰਮ ਕੁਛ ਹੋਰ ਦੱਸਦੇ ਨੇ, ਉੱਥੇ ਜਾ ਕੇ ਫਿਰ ਉਹ ਮੁੰਡੇ ਜਿਹੜੇ ਨੇ ਉਹ ਫਸ ਜਾਂਦੇ ਨੇ ਦਿੱਕਤਾਂ 'ਚ। ਸੋ ਮੈਂ ਸਰਕਾਰ ਨੂੰ ਵੀ ਤੁਹਾਡੇ ਜ਼ਰੀਏ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਜਾਲੀ ਟਰੈਵਲ ਏਜੰਟ ਨੇ ਉਹਨਾਂ 'ਤੇ ਪਾਬੰਦੀ ਲਾਓ। ਲੋਕਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ, ਖਾਸ ਤੌਰ 'ਤੇ ਖਾੜੀ ਮੁਲਕਾਂ ਦੇ ਵਿੱਚ ਸਾਊਦੀ ਅਰਬ, ਬਹਿਰੀਨ, ਦੁਬਈ, ਮਸਕਟ, ਇਹਨਾਂ 'ਚ ਜਾਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕਰ ਲਓ। ਸਰ ਤੁਸੀਂ ਕੀ ਸਮਝਦੇ, ਤੁਹਾਡੇ ਕੋਲ ਆ ਰਹੇ ਨੇ ਲੋਕ, ਕਿੰਨੇ ਕੁ ਕੇਸ ਆ ਜਾਂਦੇ ਨੇ ਅਤੇ ਸਰਕਾਰ ਜਿਹੜੀ ਹੈ ਵੱਡੇ ਵੱਡੇ ਦਾਅਵੇ ਕਰ ਰਹੀ ਹੈ? ਪਤਾ ਨਹੀਂ, ਸਰਕਾਰ ਤਾਂ ਨੌਕਰੀਆਂ ਦੇਣ ਦੇ ਵੀ ਦਾਅਵੇ ਕਰ ਰਹੀ ਹੈ, ਸਰਕਾਰ ਤਾਂ ਕਰਜ਼ਾ ਮਾਫੀ ਦੇ ਵੀ ਦਾਅਵੇ ਕਰ ਰਹੀ ਹੈ, ਪਰ ਅਸਲੀਅਤ ਕੁਛ ਹੋਰ ਹੈ। ਇੱਥੇ ਆਉਂਦੇ ਨੇ ਲੋਕ ਕਿਉਂਕਿ ਉਹਨਾਂ ਨੂੰ ਉਮੀਦ ਹੈ, ਬਠਿੰਡੇ ਤੋਂ ਆਉਂਦੇ ਨੇ, ਪਠਾਨਕੋਟ ਤੋਂ ਆਉਂਦੇ ਨੇ, ਫਿਰੋਜ਼ਪੁਰ ਤੋਂ ਆਏ ਸੀ ਕੱਲ੍ਹ, ਔਰ ਸਾਰੇ ਪੰਜਾਬ ਤੋਂ ਹੀ ਆਉਂਦੇ ਹੈ। ਅਤੇ ਪਰ ਕੋਈ ਗੱਲ ਨਹੀਂ, ਜੋ ਮੇਰੀ ਡਿਊਟੀ ਲੱਗੀ ਹੈ ਮੈਂ ਨਿਭਾਊਂਗਾ, ਔਰ ਵਿਦੇਸ਼ ਮੰਤਰਾਲੇ 'ਚ ਮੈਂ ਸਾਰੇ ਪਾਸਪੋਰਟ ਇਮੀਜੀਏਟਲੀ ਭੇਜ ਦਿੰਦਾ ਹੁੰਦਾ, ਅਤੇ ਮੈਂ ਇਕੱਲੇ ਇਕੱਲੇ ਕੇਸ ਨੂੰ ਫੋਲੋ ਵੀ ਕਰਦਾ।